ਪੰਜਾਬ ਵਿੱਚ ਕੱਲ੍ਹ ਹੋਣ ਵਾਲੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀਆਂ ਦੇ ਇਲੈਕਸ਼ਨਾਂ ਨੂੰ ਲੈ ਕੇ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਦਾ ਚੱਲ ਰਿਹਾ ਪ੍ਰੋਸੈਸ। ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਵਿੱਚ ਵੱਖ ਵੱਖ ਸਥਾਨਾਂ 'ਤੇ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਜਾ ਰਿਹਾ ਅਤੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਭਰ ਦੇ ਵਿੱਚ 22 ਜ਼ਿਲ੍ਹਾ ਪਰਿਸ਼ਦਾਂ ਅਤੇ 150 ਦੇ ਕਰੀਬ ਜ਼ਿਲ੍ਹਾ ਬਲਾਕ ਪੰਚਾਇਤ ਸਮਿਤੀਆਂ ਦੇ ਇਲੈਕਸ਼ਨ ਕੱਲ੍ਹ ਹੋਣਗੇ। ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਇਲੈਕਸ਼ਨ ਦਾ ਪ੍ਰੋਸੈਸ ਚੱਲੂਗਾ, ਵੋਟਿੰਗ ਦਾ ਪ੍ਰੋਸੈਸ ਚੱਲੂਗਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜ਼ਿਲ੍ਹਾ ਓਬਜ਼ਰਵਰਾਂ ਵੱਲੋਂ ਵੱਖ ਵੱਖ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਦਾ ਪ੍ਰੋਸੈਸ ਚੱਲ ਰਿਹਾ ਅਤੇ ਉਹਨਾਂ ਦੀ ਪੂਰੇ ਇੱਕ ਪੋਲਿੰਗ ਬੂਥ 'ਤੇ 4 ਦੇ ਕਰੀਬ PRO ਜਿਹੜੇ ਤੈਨਾਤ ਕੀਤੇ ਜਾਣਗੇ। ਅਤੇ ਇਸ ਵਾਰ ਜਿਹੜੇ ਇਲੈਕਸ਼ਨ ਹੋ ਰਹੇ ਨੇ EVM ਦੀ ਬਜਾਏ ਬੈਲਟਸ ਦੇ ਨਾਲ ਹੋ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਬੈਲਟਸ ਜਿਹੜੇ ਬੋਕਸਿਸ ਨੇ ਉਹ ਪੋਲਿੰਗ ਜਿਹੜੇ ਏਜੰਟਸ ਨੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਅਤੇ ਜਿਨ੍ਹਾਂ ਨੂੰ ਕੱਲ੍ਹ ਇਹਨਾਂ ਦੇ ਵਿੱਚ ਜਿਹੜੇ ਵੋਟਿੰਗ ਦੇ ਜਿਹੜੇ ਵੋਟਸ ਹੋਣਗੇ ਉਹਨਾਂ ਨੂੰ ਪਾਇਆ ਜਾਏਗਾ ਅਤੇ ਪੂਰੇ ਇਤਮਾਨ ਨਾਲ ਜਿਹੜਾ ਪ੍ਰੋਸੈਸ ਚੱਲ ਰਿਹਾ। ਅਤੇ ਅੱਜ ਤੋਂ ਹੀ ਜਿਹੜੇ PRO ਨੇ ਪੋਲਿੰਗ ਏਜੰਟ ਨੇ ਆਪਣੇ ਆਪਣੇ ਬੂਥ 'ਤੇ ਰਵਾਨਾ ਹੋ ਜਾਊਗੇ ਅਤੇ ਜਿਹੜਾ ਇਹ ਪ੍ਰੋਸੈਸ ਕਾਫੀ ਸਵੇਰ ਤੋਂ ਹੀ ਚੱਲ ਰਿਹਾ ਅਤੇ ਅੱਜ ਦੁਪਹਿਰ ਤੋਂ ਬਾਅਦ ਤੱਕ ਇਹ ਪ੍ਰੋਸੈਸ ਨਿਬੇੜੇ ਹੋ ਕੇ ਜਿਹੜੇ ਏਜੰਟਸ ਨੇ ਉਹਨਾਂ ਨੂੰ ਪੋਲਿੰਗ ਬੂਥਾਂ 'ਤੇ ਰਵਾਨਾ ਕਰ ਦਿੱਤਾ ਜਾਏਗਾ। ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੀ ਤੈਨਾਤੀ ਕੀਤੀ ਗਈ ਹੈ ਅਤੇ ਤਾਂ ਕਿ ਕੋਈ ਵੀ ਜਿਹੜਾ ਵੋਟਿੰਗ ਦਾ ਪ੍ਰੋਸੈਸ ਹੈ ਉਹਦੇ 'ਤੇ ਰੁਕਾਵਟ ਨਾ ਆਵੇ। ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ 1 ਜ਼ਿਲ੍ਹਾ ਪਰਿਸ਼ਦ ਅਤੇ 13 ਬਲਾਕ ਸਮਿਤੀਆਂ ਦੇ ਇਲੈਕਸ਼ਨ ਹੋਣਗੇ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਮੀਦਵਾਰਾਂ ਵੱਲੋਂ ਪਾਰਟੀਸਪੇਟ ਕੀਤਾ ਜਾਏਗਾ। ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਿੰਗ ਦੀ ਪ੍ਰਕਿਰਿਆ ਚੱਲੇਗੀ ਅਤੇ 22 ਤਰੀਕ ਨੂੰ ਰਿਜ਼ਲਟ ਡਿਕਲੇਅਰ ਕੀਤਾ ਜਾਏਗਾ। ਕੈਮਰਾਮੈਨ ਰੋਜ ਦੇ ਨਾਲ ਵਿਵੇਕ ਟਾਲ, ਦੈਨਿਕ ਸਵੇਰਾ TV, ਲੁਧਿਆਣਾ।